ਕੁੜੀ ਦੇ ਭਰਾ ਨੂੰ ਮੁੰਡਾ ਮਾਰਦਾ ਸੀ ਤਾਨੇ ਕਹਿੰਦਾ ਤੇਰੀ ਭੈਣ ਨਾਲ ਰਹਿ ਚੁੱਕੀ ਹੈ। ਇਸ ਤਰੀਕੇ ਦੀਆਂ ਥਾਂ ਥਾਂ ਤੇ ਗੱਲਾਂ ਕਰਦਾ ਸੀ ਸ਼ਖਸ, ਤਾਂ ਕੁੜੀ ਦੇ ਭਰਾ ਨੇ ਆਪਣੇ ਯਾਰ ਦੋਸਤ ਸੱਦ ਲਏ ਤੇ ਬਾਅਦ ਦੇ ਵਿੱਚ ਦੇਖੋ ਫਿਰ ਮੁੰਡੇ ਦੇ ਘਰ ਦਾ ਕੀ ਹਾਲ ਕਰ ਦਿੱਤਾ। ਇੱਟਾਂ, ਰੋੜੇ, ਡਾਂਗਾਂ, ਦਾਤ, ਕਿਰਪਾਨਾਂ, ਇਹਨਾਂ ਸਾਰਾ ਹਥਿਆਰਾਂ ਦੇ ਨਾਲ ਕੁੜੀ ਦੇ ਭਰਾ ਨੇ ਹਮਲਾ ਕੀਤਾ। ਦੇਖ ਸਕਦੇ ਹੋ ਤਸਵੀਰਾਂ ਕਿੰਨੀਆਂ ਭਿਆਨਕ ਨੇ। ਇੱਕ ਘਰ ਦੇ ਉੱਤੋਂ ਦੀ ਇੱਟਾਂ ਰੋੜੇ ਨੌਜਵਾਨਾਂ 'ਤੇ ਵਰਸ ਰਹੇ ਨੇ ਅਤੇ ਥੱਲੇ ਖੜ੍ਹੇ ਨੌਜਵਾਨ ਜੋ ਕਿ ਕੁੜੀ ਦੇ ਭਰਾ ਏ, ਇਹਨਾਂ ਦੇ ਵਿੱਚੋਂ ਇੱਕ ਉਸ ਦੇ ਯਾਰ ਦੋਸਤ ਨੇ, ਇਹ ਇੱਕ ਘਰ ਦੇ ਉੱਤੇ ਹਮਲਾ ਕਰ ਰਹੇ ਨੇ। ਦਰਅਸਲ ਦੋ ਤਰ੍ਹਾਂ ਦੀ ਇਹ ਲੜਾਈ ਹੈ ਜਿਸ ਦੀਆਂ ਤਸਵੀਰਾਂ CCTV ਦੇ ਵਿੱਚ ਕੈਦ ਹੋ ਗਈਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਦੇ ਨਿਊ ਗ੍ਰੀਨ ਸਿਟੀ ਦੀਆਂ, ਜਿੱਥੇ ਲੜਾਈ ਦੇਖਣ ਨੂੰ ਮਿਲੀ ਹੈ, ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਦਰਅਸਲ ਇੱਕ ਆਟੋ ਚਲਾਉਣ ਵਾਲਾ ਸ਼ਖਸ ਇੱਕ ਨੌਜਵਾਨ ਨੂੰ ਕਹਿੰਦਾ ਸੀ ਕਿ ਤੇਰੀ ਭੈਣ ਤਾਂ ਮੇਰੇ ਨਾਲ ਰਹਿ ਚੁੱਕੀ ਹੈ, ਯਾਨੀ ਕਿ ਉਸ ਨੂੰ ਤਾਨੇ ਮੇਣੇ ਮਾਰਦਾ ਸੀ, ਉਸ ਦੀ ਭੈਣ ਦੀ ਥਾਂ ਥਾਂ 'ਤੇ ਜਾ ਕੇ ਬੇਇੱਜ਼ਤੀ ਕਰਦਾ ਸੀ, ਲੋਕਾਂ ਦੇ ਨਾਲ ਗੱਲਾਂ ਕਰਦਾ ਸੀ, ਤਾਂ ਕਰਕੇ ਭਰਾ ਨੂੰ ਗੁੱਸਾ ਚੜਿਆ। ਉਸਨੇ ਆਪਣੇ ਯਾਰ ਦੋਸਤ ਸੱਦੇ, ਹਥਿਆਰ ਮੰਗਾਏ ਅਤੇ ਉਸ ਆਟੋ ਵਾਲੇ ਦੇ ਘਰ 'ਤੇ ਹਮਲਾ ਕਰ ਦਿੱਤਾ। ਬਾਹਰ ਖੜ੍ਹੇ ਆਟੋ ਦਾ ਵੀ ਦੇਖੋ ਤੁਸੀਂ ਕੀ ਹਾਲ ਕਰ ਦਿੱਤਾ ਏ। ਘਰ ਦੇ ਵਿੱਚ ਪਈਆਂ ਹਰੇਕ ਜਿਹੜੀਆਂ ਚੀਜ਼ਾਂ ਨੇ ਉਸ ਦੀ ਤੋੜ ਭੰਨ ਕੀਤੀ ਗਈ ਹੈ। ਇੱਕ ਸਰਦਾਰ ਨੌਜਵਾਨ ਤੁਹਾਨੂੰ ਹੱਥ 'ਚ ਜਿਸਦੇ ਦਾਤ ਫੜਿਆ ਏ ਉਹ ਦਿਖਾਈ ਦੇ ਰਿਹਾ ਹੋਣਾ। ਦੇਖੋ ਕਿਵੇਂ ਬੁਰੀ ਤਰੀਕੇ ਦੇ ਨਾਲ ਹਮਲਾ ਕਰ ਰਿਹਾ ਹੈ। ਤਾਂ ਦੋਹਾਂ ਧਿਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ, ਮਾਮਲਾ ਵੀ ਦਰਜ ਕਰ ਲਿਆ ਗਿਆ ਏ। ਆਓ ਦੋਹੇ ਧਿਰਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਲੜਾਈ ਦਾ ਕਾਰਨ ਕੀ ਸੀ। ਇੱਕ ਧਿਰ ਦੇ ਵੱਲੋਂ ਆ ਕਿਹਾ ਗਿਆ ਕਿ ਕੁੜੀ ਦੇ ਭਰਾ ਨੇ ਹਮਲਾ ਕੀਤਾ ਹੈ ਅਤੇ ਦੂਜੀ ਧਿਰ ਨਸ਼ੇ ਵਾਲੀ ਗੱਲ ਆਖ ਰਹੀ ਹੈ। ਆਓ ਜਾਣਦੇ ਹਾਂ ਹੋਇਆ ਕਿ ਮੇਰਾ ਹਸਬੈਂਡ ਹੈ ਨਹੀਂ ਗੇ, ਇਹਨਾਂ ਦੇ ਮੁੰਡਿਆਂ ਨੇ ਕੀਤਾ ਹੋਇਆ। ਮੇਰੇ ਮੁੰਡੇ ਦਾ ਜੀਣਾ ਹਰਾਮ। ਪਹਿਲਾਂ ਇਹਦਾ ਦੂਜਾ ਬ੍ਰਦਰ ਮੇਰੀ ਬੇਟੀ ਨਾਲ ਰਿਲੇਸ਼ਨ 'ਚ ਸੀਗਾ, ਠੀਕ ਆ। ਉਹ ਸਾਡਾ ਫੈਸਲਾ ਕਰਾਤਾ ਵਿੱਚ ਮੋਹਤਵਾਰ ਬੰਦਿਆਂ ਨੇ ਬਹਿ ਕੇ। ਇਹ ਹੁਣ ਹਰ ਵਾਰ ਮੇਰੇ ਮੁੰਡੇ ਨੂੰ ਰੋਡਾਂ 'ਤੇ ਘਿਰ ਘਿਰ ਕੇ ਉਹ ਕੁੜੀ ਵਾਲੀ ਗੱਲ ਸੁਣਾਉਂਦੇ ਆ, ਤੇਰੀ ਭੈਣ ਅਸੀਂ 3 ਸਾਲ ਰੱਖੀ, ਤੇਰੀ ਭੈਣ ਅਸੀਂ ਇਹ ਕਰ ਲਈ ਉਹ ਕਰ ਲਈ। ਉਹ ਤਾਂ ਨਹੀਂ ਬਰਦਾਸ਼ਤ ਹੁੰਦਾ, ਉਹਨੇ ਫਿਰ ਆਪਣੇ ਜੋ ਅਗਲਾ ਉਹ ਤਾਂ ਕਹਿੰਦੇ ਮੈਂ ਮੇਰੀ ਇੱਜ਼ਤ ਦੇ ਖਿਲਾਫ਼ ਬੋਲਦੇ ਨੇ ਰਾਤੀ। ਇਹ ਸਾਡੀ ਗਲੀ 'ਚ ਇਹਦਾ ਮਤਲਬ ਨਹੀਂ ਬਣਦਾ ਹਾਰਨ ਮਾਰ ਮਾਰ ਕੇ ਸਾਨੂੰ ਛੇੜ ਛੇੜ ਕੇ ਲੰਘਣਾ। ਇੰਨੇ ਵਿਅਕਤੀ ਨਹੀਂ, 5-6 ਉਹਦੇ ਦੋਸਤ ਸੀਗੇ, ਕਿਉਂਕਿ ਮੇਰੇ ਬੇਟੇ ਦਾ ਹੋਇਆ ਆਪਰੇਸ਼ਨ। ਇਹ ਉਹਨੂੰ ਡਾਂਗ ਲੈ ਕੇ ਉਹਦੇ ਮਗਰ ਭੱਜਿਆ, ਫਿਰ ਉਹਨੇ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਮੈਨੂੰ ਇੱਦਾਂ ਮਾਰਨ ਕੁੱਟਣ ਆ ਗਿਆ। ਇੱਦਾਂ ਇਹਨੇ ਲੜਾਈ ਵਧਾ ਲਈ, ਇਹਨੇ ਆਪ ਡਾਂਗ ਲੈ ਕੇ ਆਉਂਦੀ ਪਹਿਲਾਂ। ਉਹ ਇਹਨਾਂ ਨੇ ਵੀਡੀਓ ਨਹੀਂ ਦਿਖਾਈ, ਮਹੱਲੇ ਦੇ ਸਾਰੇ ਮੇਰੇ ਨਾਲ ਖੜ੍ਹੇ, ਰਾਤੀ ਵੀ ਨਾਲ ਗਏ ਮੇਰੇ ਨਾਲ, ਮਹੱਲੇ ਸਾਰਾ ਮਹੱਲਾ ਮੇਰੇ ਨਾਲ ਆ, ਸਾਰੀ ਗਲੀ ਦਾ ਇਹਨਾਂ ਨੇ ਦੁਖੀ ਕੀਤਾ। ਇੱਕ ਬੰਦਾ ਜਨਾਨੀ ਦੇ ਘਰੇ ਆਉਂਦਾ, ਇੱਕ ਜਾਂਦਾ, ਸਾਰਾ ਦਿਨ ਇਹ ਮੇਲਾ ਲਾ ਕੇ ਰੱਖਦੀ ਆ। ਜਿੱਥੇ ਜਨਾਨੀਆਂ ਪੈਂਦੇ ਉੱਥੇ ਤਰਪਾਲਾਂ ਲਾ ਕੇ ਓਹਲਾ ਕਰ ਦਿੰਦੀ ਆ ਕਿ ਮੇਰੇ ਅੰਦਰ ਬੰਦੇ ਵੜਦੇ ਨਾ ਦਿਖਣ। ਅੱਡਾ ਚਲਾਉਂਦੀ, ਸ਼ਰੇਆਮ ਅੱਡਾ ਚਲਾਉਂਦੀ ਆ। ਇਸੇ ਕਰਕੇ ਮੈਂ ਆਪਣੀ ਕੁੜੀ ਦਾ ਖਾਣਾ ਛਡਾਇਆ, 1.5 ਲੱਖ ਰੁਪਈਆ ਮੇਰੀ ਕੁੜੀ ਤੋਂ ਲੈ ਕੇ ਖਾ ਗਿਆ ਮੇਰੇ ਘਰੋਂ ਚੋਰੀ ਕਰਾ ਕੇ। ਮੈਂ ਆਪਣੀ ਕੁੜੀ ਨੂੰ ਕਿਹਾ, ਮੈਂ ਕਿਹਾ ਛੱਡ ਤੇਰੇ ਕੋਲ ਅੱਡਾ ਚਲਵਾਉਣ ਨੂੰ ਕਹੂੰ ਤੈਨੂੰ, ਇਹ ਧੰਦਾ ਕਰਾਉਣ ਨੂੰ ਕਹੂੰ, ਛੱਡ ਦੇ ਖੜਾ। ਉਹ ਪਿਆਰ ਦੇ ਚੱਕਰਜੇ 'ਚ ਫਸੀ ਹੋਈ ਸੀ। ਇਹਨੇ 3 ਸਾਲ ਮੇਰੀ ਕੁੜੀ ਨੂੰ ਰਿਲੇਸ਼ਨ 'ਚ ਰੱਖ ਕੇ 1.5 ਲੱਖ ਖਾ ਕੇ ਹੁਣ ਆਹ ਨਤੀਜਾ ਦੇ ਰਹੇ ਨੇ ਰਾਜੂ ਨੇ, ਇਹਦੇ ਭਰਾ ਨੇ। ਹੁਣ ਇਹ ਲੱਕੀ ਆ ਇਹਦਾ ਭਰਾ, ਉਹ ਹਰ ਜਗ੍ਹਾ ਪੰਗਾ ਲੈਂਦਾ ਵਾ। ਤੇਰੀ ਭੈਣ ਨਾਲ ਸੀ ਇਹ ਕੀਤਾ, ਕੌਣ ਬਰਦਾਸ਼ਤ ਕਰੂ ਦੱਸੋ। ਮੇਰੀ ਬੇਟੀ ਇਹ ਛੋਟੀ ਵਾਲੀ 17 ਸਾਲ ਦੀ ਉਮਰ ਸੀ ਉਹਦੀ, ਪਹਿਲਾਂ ਤਾਂ ਉਹ ਛੋਟੀ ਸੀ, ਉਹ ਤਾਂ ਲਈ ਫਿਰੀਗਾ। ਜਦੋਂ ਉਹਦੀ ਵਿਆਹ ਦੀ ਉਮਰ ਹੋਈ ਉਦੋਂ ਕਹਿੰਦਾ ਕਿਹੜਾ ਵਿਆਹ, ਮਾਂ ਵੀ ਕਹਿੰਦੀ ਕਿਹੜਾ ਵਿਆਹ। ਪਹਿਲਾਂ ਭੈਣਾਂ ਵੀ ਡੀਪੀਆਂ ਲਾਉਂਦੀਆਂ ਸੀ, ਸਾਡੀ ਭਾਬੀ ਸਾਡੀ ਭਾਬੀ। ਪਹਿਲਾਂ ਵਾਲੇ ਕਾਰਵਾਈ 'ਚ ਸਾਰਾ ਪਰਚਾ ਦਰਜ ਹੋ ਗਿਆ ਸੀ ਭਾਜੀ। ਪਰਚਾ ਦਰਜ ਹੋਣ ਤੋਂ ਬਾਅਦ ਜਦੋਂ ਮੁੰਡਾ ਰੋਣ ਲੱਗ ਗਿਆ, ਮੁੰਡਾ ਕਹਿੰਦਾ ਕਿ ਮੈਨੂੰ ਦਿੱਕਤ ਆ, ਕਿ ਮੇਰੀ ਮਾਂ ਨੇ ਮੇਰੇ ਮਗਰ ਨਹੀਂ ਆਉਣਾ, ਮੈਨੂੰ ਮਾਫ਼ ਕਰ ਦਿਓ, ਮੈਨੂੰ ਟਾਈਮ ਦੇ ਦਿਓ, ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਵਿਆਹ ਕਰਾ ਲੂੰਗਾ। ਉਹ ਤੋਂ ਬਾਅਦ ਆ ਕੇ ਮੁੰਡੇ ਨੇ ਘਰ ਆ ਕੇ ਸਿਮ ਬਦਲ ਲਿਆ, ਅਸੀਂ ਉੱਥੇ ਪਰਚਾ ਉੱਥੇ ਰਖਾਤਾ, ਪੈਂਡਿੰਗ ਰਖਾਤਾ ਸੀਗਾ। ਸਰ ਕੋਈ ਗੱਲ ਨਹੀਂ, ਵੀ ਚਲੋ ਜੋ ਵੀ ਬੱਚਿਆਂ ਤੋਂ ਹੋਇਆ ਉਹ 'ਤੇ ਮਿੱਟੀ ਪਾਓ, ਆਪਸ ਮੈਂ ਪਾਰਟੀਆਂ ਦੋਨਾਂ ਦਾ ਕੰਪਰੋਮਾਈਜ਼ ਹੋ ਗਏ।
ਐਸਾ ਕੁਛ ਵੀ ਨਹੀਂ, ਮੇਰਾ ਮਹੱਲਾ ਮੇਰੇ ਨਾਲ ਖੜਾ, ਕੋਈ ਵੀ ਮਹੱਲੇ ਦਾ ਮੇਰਾ ਬੰਦਾ ਇੱਦਾਂ ਦਾ ਕਹਦੇ, ਇਹਦੇ ਅੱਡੇ ਦੀ ਗਵਾਹੀ ਸਾਰਾ ਮਹੱਲਾ ਦਊਗਾ। ਕਹਿੰਦੇ ਇੱਕ ਵਾਰੀ ਸਾਡੇ ਘਰ ਦੇ ਕੋਲੇ ਵੀ ਇੱਕ ਚਿੱਟੇ ਦਾ ਮੁੰਡਾ ਡਿੱਗਿਆ ਪੈਸੇ ਤੇ ਜੱਸੀ ਨੇ ਖੁਦ ਉਹਨੂੰ ਆ ਕੇ ਚੱਕ ਕੇ ਲੈ ਕੇ ਗਿਆ। ਉਹ ਤਾਂ ਜਦੋਂ ਬਾਜੀ ਮੇਰੀ ਗੱਲ ਸੁਣੋ, ਜਦੋਂ ਇੱਦਾਂ ਦਾ ਜਦੋਂ ਕਿਸੇ ਨੇ ਆਪਣਾ ਕੰਧ ਢੱਕਣਾ ਹੁੰਦਾ ਨਾ ਤਾਂ ਦੂਜਾ ਤਾਂ ਲੱਛਣ ਸੜਦਾ ਹੀ ਆ। ਠੀਕ ਆ, ਮੇਰਾ ਮਹੱਲਾ ਮੇਰੇ ਨਾਲ ਖੜਾ, ਮਹੱਲੇ ਵਾਲਿਆਂ ਨੂੰ ਪੁੱਛ ਕੇ ਦੇਖ ਲਓ, ਇਹਦੇ ਅੱਡੇ ਦਾ ਸਾਰਿਆਂ ਨੂੰ ਪਤਾ ਮੇਰੇ ਚਿੱਟੇ ਵਾਲਾ ਵੇਖ ਕੇ ਵੀ ਲਿਆ ਵਾ ਨਾ ਬੰਦਾ ਇਹ, ਤਾਂ ਮੈਂ ਜਿੱਥੇ ਕਹਾਂਗੇ ਪਾ ਦੇਣੇ ਮੇਰੇ 'ਤੇ ਪਰਚਾ ਚਿੱਟੇ ਦਾ, ਇੱਕ ਵੀ ਬੰਦਾ ਕਹਿ ਦੋ ਮੇਰੇ ਘਰ ਚਿੱਟਾ ਵਿਕਦਾ। ਉਹ ਤਾਂ ਮੁੱਲੇ ਦੇ ਦੋਸਤ ਸੀਗੇ ਇੱਥੇ, ਠੀਕ ਆ, ਜਿਹੜੇ ਸਲੂਨ 'ਤੇ ਬੈਠਾ ਸੀ, ਜਿਹੜੇ ਇੱਥੇ ਬੋਲ ਕੇ ਆਇਆ ਕਿ ਤੇਰੀ ਭੈਣ ਅਸੀਂ ਰੱਖੀ, ਪੰਜ ਮੁੰਡਿਆਂ 'ਚ ਬੋਲ ਕੇ ਆਇਆ ਅਤੇ ਉਹ ਮਗਰੀ ਆ ਗਏ ਕਿ ਯਾਰ ਤੂੰ ਇੰਨਾ ਬੰਦਾ, ਉਹ ਤੋਂ ਤੇਰੇ ਅਗਲਾ ਤੇਰੇ ਕਿੱਦਾਂ ਬੋਲ ਕੇ ਗਿਆ ਤੈਨੂੰ ਇੱਥੇ। ਇਹ ਕਹਿੰਦਾ ਯਾਰ ਮੈਂ ਕੀ ਕਰਾਂ, ਮੇਰੀ ਮੰਮੀ ਮੈਨੂੰ ਕਹਿ ਦਿੰਦੀ ਛੱਡ ਪਰੇ ਛੱਡ ਪਰੇ, ਰਾਤੀ ਮੈਂ ਕੰਟਰੋਲ ਤੋਂ ਬਾਹਰ ਹੋ ਗਿਆ, ਕੰਮ ਲੜਾਈ ਵੱਧ ਗਈ। ਇਨਸਾਫ ਤਾਂ ਇਹੀ ਮੰਗ ਕਰਦੇ ਹਾਂ ਵੈਸੇ ਤਾਂ, ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਬਸ। ਇਹ ਮਾਮਲਾ ਬਸ ਜੀ, ਇਹ ਗੇਟ ਪਿੱਛੇ ਮਾੜੀ ਜੀ ਹੋਈ ਹੈ ਗੱਲਬਾਤ, ਇਹਨਾਂ ਨੇ ਮੁੜ ਕੇ ਮੁੰਡੇ ਮਾਂਡੇ ਬਦਮਾਸ਼ ਬੁਲਾਏ ਹੋਏ ਸੀਗੇ ਜੀ, ਦਾਰੂ ਪੀ ਰਹੇ ਸੀ ਬੈਠੇ ਉੱਥੇ, ਉਹਨਾਂ ਨੇ ਦੇਖ ਲਿਆ ਜੀ, ਜਦੋਂ ਗੱਡੀ ਉਸ ਗੇਟ ਤੋਂ ਕੱਢੀ ਹੈ ਜੀ, ਬਸ ਇੱਥੇ ਆ ਕੇ ਗਾਲੀ ਗਲੋਚ ਕਰਨ ਲੱਗ ਗਏ। ਉਹਨਾਂ ਨੂੰ ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਵੀ ਬਾਈ ਦੱਸੋ ਕੀ ਗੱਲ ਹੈ, ਪਰ ਉਹਨਾਂ ਨੇ ਇੱਕ ਗੱਲ ਨਹੀਂ ਸੁਣੀ। ਜਦੋਂ ਮੈਂ ਮੁੰਡੇ ਦੇਖੇ ਦਾਤ ਦੇ ਕੇ ਹੱਥ 'ਚ, ਮੈਂ ਆਪਣੀ ਜਾਨ ਬਚਾਈ, ਬਸ ਆਪਣੀ ਜਾਨ ਬਚਾ ਕੇ ਜਸਟ ਮੈਂ ਜਦੋਂ ਆਪਣਾ ਗੇਟ ਉੱਪਰਲਾ ਹੈਂਡਲ ਹੀ ਲੋਕ ਕੀਤਾ, ਜਦੋਂ ਹੀ ਐਡੀ ਵੱਡੀ ਇੱਟ ਵੱਜੀ ਹੈ ਸਿੱਧੀ ਗੇਟ ਦੇ ਉੱਤੇ, ਅਤੇ ਨਾਲ ਹੀ ਹੋਰ ਮੁੰਡੇ ਦਾਤ ਛੁਰੇ ਸਭ ਕੁਝ ਲੈ ਕੇ ਆਏ ਨੇ, ਬਕਾਇਦਾ ਸਭ ਰਿਕਾਰਡਿੰਗਾਂ ਉਹਨਾਂ ਦੀ ਹੋਈਆਂ ਪਈਆਂ ਨੇ। ਕਿੰਨੇ ਕੁ ਬੰਦੇ ਸੀਗੇ ਤੇ ਕੌਣ ਬੰਦੇ ਸੀਗੇ? ਕੁਛ ਘੱਟੋ ਘੱਟ 20-25 ਮੁੰਡੇ ਸੀਗੇ, ਜਿਹੜੇ ਕਿ 6-7 ਮੁੰਡੇ ਆਏ ਨੇ ਇੱਧਰ ਦਾਤ ਲੈ ਕੇ, ਬਾਕੀ ਦੇ ਸਾਹਮਣੇ ਖੜੇ ਸੀਗੇ ਜੀ। ਅੱਛਾ, ਹਾਂਜੀ। ਨਹੀਂ ਇਹ ਜਿਹੜੇ ਬੁਲਾਏ ਗਏ ਨੇ ਕਿੰਨਾ ਵੱਲੋਂ ਬੁਲਾਏ ਗਏ? ਕੁਛ ਕੌਣ ਆ ਜੱਸੀ? ਕੌਣ ਇਹ ਜੱਸੀ? ਆਪਣੇ ਆਪ ਨੂੰ ਬਦਮਾਸ਼ ਕਹਿੰਦਾ ਜੀ। ਅੱਛਾ, ਇਹਨਾਂ ਦੀ ਮੁੰਡੇ ਇਹਨਾਂ ਕੋਲ ਬਹੁਤ ਨੇ ਜੀ, ਪਹਿਲਾਂ ਇਹ ਪੁਲਿਸ ਕਲੋਨੀ ਵੀ ਰਹਿ ਕੇ ਆਏ ਨੇ। ਅੱਛਾ, ਜੱਸੀ ਹੋ ਗਿਆ, ਉਹਦੀ ਮੰਮੀ ਹੋ ਗਈ, ਉਹ ਬਾਬੇ ਨੇ ਜੀ, ਤੇ ਆਪਣੇ ਬਦਮਾਸ਼ ਬਣੇ ਹੋਏ ਨੇ ਜੀ। ਮੁੰਡੇ ਤਾਂ ਰੋਜ਼ ਆਉਂਦੇ ਨੇ ਜੀ ਇਹਨਾਂ ਕੋਲ, ਠੀਕ ਆ, 8-10 ਮੁੰਡੇ ਖੌਫ ਗਲੀ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ ਵੀ ਲੋਕਾਂ ਨੂੰ ਡਰਾਉਣਾ ਧਮਕਾਉਣਾ। ਉਹ ਗਲੀ 'ਚ ਦੇਖੋ ਪੂਰਾ ਇਹਨਾਂ ਨੇ, ਕੋਈ ਲੰਘ ਨਹੀਂ ਸਕਦਾ ਉਧਰੋਂ ਮੋਟਰਸਾਈਕਲ ਲੈ ਕੇ ਇਹਨਾਂ ਦੀ ਇਜਾਜ਼ਤ ਤੋਂ ਬਗੈਰ ਇਸ ਕਲੋਨੀ ਦੇ ਵਿੱਚ। ਕੀ ਲੱਗਦਾ ਵੀ ਜਿਹੜੀ ਚੌਂਕੀ ਕਿਹੜੀ ਲੱਗਦੀ ਇਸ ਏਰੀਆ ਦੇ ਵਿੱਚ ਤੇ ਹੁਣ ਕਾਰਵਾਈ ਕੀ ਲੱਗਦੀ ਹੈ ਸਰ? ਤੇ ਕਾਰਵਾਈ ਕੀ ਕੀਤੀ ਗਈ ਇਸ ਮਾਮਲੇ? ਕਾਰਵਾਈ ਸਰ ਰਾਤੀ ਆਏ ਸੀਗੇ ਜੀ, ਮੁਲਾਜ਼ਮ ਆਏ ਸੀਗੇ, 1 ਘੰਟੇ ਬਾਅਦ ਪਹੁੰਚੇ ਨੇ ਜੀ ਇੱਥੇ। ਉਹਨਾਂ ਨੇ 2 ਮੁੰਡੇ ਅਰੈਸਟ ਕੀਤੇ ਜਿਹੜੇ ਮੌਕੇ ਤੇ ਸਾਡੇ ਘਰ ਦੇ ਕੋਲੇ ਦਾਤ ਲੈ ਕੇ ਖੜੇ ਸੀਗੇ, ਠੀਕ ਆ। ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੂੰ ਚੌਂਕੀ ਲੈ ਗਏ ਨੇ ਜੀ। 15-20 ਮਿੰਟ ਬਾਅਦ ਉਹ ਮੁੰਡੇ ਫਿਰ ਦੁਬਾਰਾ ਆ ਗਏ, ਕਹਿੰਦੇ ਅਸੀਂ ਹੁਣ ਤੁਹਾਨੂੰ ਮਾਰ ਕੇ ਇਹੀ ਛੱਡਾਂਗੇ, ਠੀਕ ਆ। ਅਸੀਂ ਇਹੀ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਅਸੀਂ ਜੇ ਤੁਹਾਨੂੰ ਮੁਲਾਜ਼ਮਾਂ ਨੂੰ ਬੁਲਾਇਆ ਆਇਆ, ਉਹ ਸਾਨੂੰ ਮੌਕੇ ਤੇ ਕਹਿ ਰਹੇ ਸੀ ਵੀ ਤੁਸੀਂ ਆ ਜਾਂਦੇ, ਤੁਸੀਂ ਵੀਡੀਓ ਦੇਖ ਕੇ ਦੇਖੋ ਵੀ ਅਸੀਂ ਬਾਹਰ ਆਉਣ ਦੇ ਹਾਲ 'ਚ ਸੀਗੇ, ਮੈਂ ਤੇ ਮੇਰੀ ਮੰਮੀ ਤੇ ਮੇਰੀ ਵਾਈਫ ਸੀ ਘਰੇ, ਹੋਰ ਕੋਈ ਨਹੀਂ ਸੀਗਾ, ਭਰਾ ਵੀ ਗਿਆ ਹੋਇਆ। ਕੀ ਲੱਗਦਾ ਭਾਜੀ ਪੰਜਾਬ ਦੇ ਵਿੱਚ ਕ੍ਰਾਈਮ ਜਿਹੜਾ ਬਹੁਤ ਵੱਧ ਚੁੱਕਾ ਹੋਇਆ, ਵੀ ਲੱਗਦਾ 11-10-11 ਤੋਂ ਬਾਅਦ ਘਰਾਂ 'ਚੋਂ ਨਿਕਲਣਾ ਬੜਾ ਮੁਸ਼ਕਿਲ ਆ? ਇੱਥੇ ਤਾਂ ਕੋਈ ਭਰੋਸਾ ਨਹੀਂ ਸਰ, ਇਹਦਾ ਇਹ ਇਸ ਤਰ੍ਹਾਂ ਦੀ ਬਦਮਾਸ਼ੀ ਹੈਗੀ, ਇਹ ਦਿਨੇ ਵੀ ਮਾਰ ਸਕਦੇ ਨੇ ਜੀ ਸਰ। ਜਿਸ ਨੂੰ ਬੰਦੇ ਨੂੰ ਖੌਫ ਹੀ ਨਹੀਂ ਹੈਗਾ ਵੀ ਮੇਰੀ ਵੀਡੀਓ ਬਣ ਰਹੀ ਹੈ, ਕੈਮਰੇ ਲੱਗੇ ਹੋਏ ਨੇ ਸ਼ਰਿਆਮ ਘਰ ਦੇ ਕੋਲ, 1 ਘੰਟਾ ਦਾਤ ਲੈ ਕੇ ਖੜੇ ਰਹੇ ਨੇ, ਇੱਟਾਂ ਦੀ ਪੂਰੀ ਇਹਨਾਂ ਨੇ ਮਾਰੀਆਂ ਨੇ ਜ਼ੋਰ ਜ਼ੋਰ ਦੀ, ਛੱਤ ਤੱਕ ਇੱਟਾਂ ਗਈਆਂ, ਉੱਪਰ ਦੇ ਸ਼ੀਸ਼ੇ ਟੁੱਟ ਗਏ ਸਾਰੇ, ਇਹ ਗੱਡੀ ਤੋੜ ਦਿੱਤੀ ਦੇਖੋ, ਸਾਰੀ ਗੱਡੀ ਦੇ ਇੱਥੇ ਸ਼ਰਿਆਮ ਖੜ ਕੇ ਇੱਟਾਂ ਮਾਰੀਆਂ ਨੇ, ਇੱਟਾਂ ਪਈਆਂ ਸੀ। ਕੋਈ ਹੋਰ ਵੀ ਇਹਨਾਂ ਦੀ ਤੁਹਾਡੇ ਨਾਲ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਸੀ? ਨਹੀਂ ਸਰ, ਕੋਈ ਰੰਜਿਸ਼ ਹੀ ਨਹੀਂ ਇਹਨਾਂ ਨਾਲ, ਕੋਈ ਸਾਡਾ ਲੈਣ ਦੇਣ ਹੀ ਨਹੀਂ ਹੈਗਾ, ਬਸ ਇਹੀ ਆ ਵੀ ਇਹ ਲੋਕਾਂ ਨੂੰ ਧਮਕਾਉਂਦੇ ਡਰਾਉਂਦੇ। ਅੱਛਾ, ਕਹਿੰਦੇ ਨੇ ਜੀ ਵੀ ਸਾਡੇ ਉਹ ਅਫਸਰਾਂ ਨਾਲ ਗੱਲ ਆ, ਸਾਡੀ ਉਹ ਅਫਸਰਾਂ ਨਾਲ ਗੱਲ ਹੈ, ਅਤੇ ਸਾਰੀ ਦਿਹਾੜੀ ਕੀ ਕਰਦੇ ਨੇ, ਸਾਰੀ ਗਲੀ ਨੂੰ ਪਤਾ ਹੈ ਜੀ, ਠੀਕ ਹੈ। 2 ਨੰਬਰ ਦਾ ਕੰਮ ਇਹ ਕਰਦੇ ਨੇ, ਸਾਰੀ ਦੁਨੀਆ ਨੂੰ ਪਤਾ ਇੱਥੇ, ਸਾਰੇ ਮਹੱਲੇ ਨੂੰ ਉੱਥੇ ਤੱਕ। ਕੀ 2 ਨੰਬਰ ਦਾ ਕੰਮ ਕੀ ਇਹਨਾਂ ਦੇ ਕੋਲ? ਇਹ ਚਿੱਟੇ ਦਾ ਕੰਮ ਹੈ ਜੀ ਇਹਨਾਂ ਦਾ। ਅੱਛਾ, ਕਿੰਨੀ ਦੇਰ ਤੋਂ ਕਰ ਰਹੇ ਨੇ ਇਹ? ਇਹਨਾਂ ਦੇ ਦੇਖ ਲਓ ਜੀ, ਇਹਨਾਂ ਦਾ ਘੱਟੋ ਘੱਟ ਨਹੀਂ ਤਾਂ ਇਹਨਾਂ ਨੂੰ ਇੱਥੇ 3-4 ਸਾਲ ਹੋਏ ਨੇ ਜੀ। ਅੱਛਾ, ਇਹ ਜਿਹੜੇ ਮੁੰਡੇ ਆਉਂਦੇ ਨੇ ਸਾਰੇ ਚਿੱਟਾ ਲਾਉਂਦੇ ਨੇ ਜੀ। ਅੱਛਾ,
ਜਿਹੜੇ ਕਿ ਬਕਾਇਦਾ ਇੱਕ ਮੁੰਡੇ ਨੂੰ ਅਸੀਂ ਇੱਥੇ ਕਾਫੀ ਚਿਰ ਪਹਿਲਾਂ ਮੁੰਡੇ ਨੂੰ ਫੜਿਆ ਸੀਗਾ, ਇੱਥੇ ਡਿੱਗਿਆ ਪਿਆ ਸੀ ਰਾਤ ਨੂੰ 11:30 ਵਜੇ। ਅੱਛਾ ਜੀ। ਉਹ ਮੁੰਡਾ ਇਹਦਾ ਯਾਰ ਦੋਸਤ ਸੀਗਾ, ਉਸ ਬੰਦੇ ਨੂੰ ਅਸੀਂ ਇੱਥੋਂ ਦੀ ਖੜਾ ਕੀਤਾ ਵੀ ਅਸੀਂ ਕਿਹਾ ਵੀ ਕੋਈ ਉੱਦਾਂ ਨਾ ਕੋਈ ਡਿੱਗਿਆ ਹੋਵੇ। ਉਹ ਬੰਦੇ ਦੇ ਹੱਥ ਦੇ ਵਿੱਚ ਟੀਕਾ ਅਤੇ ਚਿੱਟੇ ਦਾ ਭਰਿਆ ਹੋਇਆ ਸੀ, ਉਹਨੇ ਸ਼ਰੇਆਮ ਜੱਸੀ ਆ ਕੇ ਮੇਰੇ ਸਾਹਮਣੇ ਉਸ ਬੰਦੇ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਲੈ ਕੇ ਗਿਆ ਘਰੇ ਛੱਡਣ ਵਾਸਤੇ। ਅੱਛਾ। ਉਸ ਟਾਈਮ ਮੈਂ ਇਹਨਾਂ ਨੂੰ ਪੁੱਛਿਆ ਵੀ ਸੀਗਾ, ਕਹਿੰਦਾ ਯਾਰ ਇਹ ਕਿੱਥੋਂ ਲੈ ਕੇ ਆਇਆ ਹੋਣਾ, ਉੱਧਰੋਂ ਲੈ ਕੇ ਆਇਆ, ਗੱਲ ਟਾਲਤੀ, ਅਸੀਂ ਗੌਰ ਹੀ ਨਹੀਂ ਕੀਤੀ। ਸਾਨੂੰ ਤਾਂ ਸਿਰਫ ਇਹਦਾ ਨਾਂ ਹੀ ਪਤਾ, ਸਾਨੂੰ ਤਾਂ ਇਹ ਚੀਜ਼ਾਂ ਦੇਖੀਆਂ ਨਹੀਂ ਅਸੀਂ। ਪਰ ਇੰਨਾ ਕੰਫਰਮ ਹੈ ਜੀ, ਜਿੰਨੇ ਮੁੰਡੇ ਨੇ ਸਾਰੇ ਰਾਤ ਵੀ ਇਹਨਾਂ ਨੇ ਦਾਰੂ ਪੀ ਕੇ ਬੋਤਲਾਂ ਤੋੜੀਆਂ ਨੇ ਉੱਥੇ, ਤੁਸੀਂ ਦੇਖ ਸਕਦੇ ਹੋ। ਅਤੇ ਜਿਹੜੇ ਮੁੰਡੇ ਨੇ ਹੋਰ ਬੁਲਾ ਕੇ ਹਮਲਾ ਕੀਤਾ, ਉਹਨਾਂ 'ਚ ਕੋਈ ਪਹਿਚਾਣ ਵਗੈਰਾ ਤੁਹਾਡੇ ਵਗੈਰਾ? ਇੱਕ ਮੁੰਡੇ ਦੀ ਪਹਿਚਾਣ ਆਈ ਆ, ਉਹਦਾ ਸੈਲੂਨ ਹੈਗਾ ਇੱਥੇ। ਅੱਛਾ ਜੀ। ਉਸ ਬੰਦੇ ਨੂੰ ਮੈਂ ਇੱਥੇ ਜਦੋਂ ਉਹਨੇ ਪਹਿਲਾ ਵਾਰ ਕੀਤਾ ਸੀਗਾ, ਜਦੋਂ ਹੁਣ ਅਸੀਂ ਇੱਧਰੋਂ ਗਏ ਹਾਂ, ਹੌਲੀ ਹੌਲੀ ਮੁੰਡਿਆਂ ਦੀ ਪਹਿਚਾਣ ਤਾਂ ਹੋ ਹੀ ਜਾਣੀ ਹੈ। ਦੇਖੋ, ਕਿਉਂਕਿ ਲਾਈਵ ਕੈਮਰੇ ਚੱਲ ਰਹੇ ਨੇ, HD ਕੈਮਰੇ, ਫੋਟੋ ਪੂਰੀ ਸਾਫ਼ ਆ ਰਹੀ ਹੈ। ਉਹ ਮੁੰਡੇ ਹੁਣ ਇੱਥੇ ਖੜ੍ਹੇ ਸੀਗੇ ਦੋ, ਉਹ ਹੁਣ ਦੇਖੋ ਆਏ ਨੇ, ਜੱਸੀ ਨੂੰ ਮੋਟਰਸਾਈਕਲ 'ਤੇ ਸ਼ਰੇਆਮ ਬਿਠਾ ਕੇ ਲੈ ਗਏ ਨੇ। ਠੀਕ ਆ। ਹਾਂ, ਹੁਣੇ ਆਏ ਨੇ ਇੱਥੇ ਖੜ ਕੇ, ਘਰ ਦੇ ਸਾਹਮਣੇ ਦੋ ਮੋਟਰਸਾਈਕਲ ਹੁਣੇ ਬਿਠਾ ਕੇ ਲੈ ਗਏ ਨੇ। ਇਨਸਾਫ਼ ਤੋਂ ਇਨਸਾਫ਼ ਕੀ ਮੰਗ ਰਹੇ ਹੋ? ਇਨਸਾਫ਼ ਸਰ, ਸਾਡੀ ਜਾਨ ਨੂੰ ਖਤਰਾ, ਅਤੇ ਜਿਹੜੀ ਇਹਨਾਂ ਨੇ ਸਾਡਾ ਨੁਕਸਾਨ ਕੀਤਾ, ਇਹਨਾਂ ਦੇ ਸਾਰਿਆਂ ਦੇ ਪਰਚਾ ਆਉਣਾ ਚਾਹੀਦਾ ਜੀ। ਕਿਆ ਹੋਆ, ਮੈਂ ਤਾਂ ਘਰ ਨਹੀਂ ਥੀ, ਬੱਚੋਂ ਕੇ ਦਵਾਈ ਲੈਣੇ ਚਲੀ ਗਈ ਥੀ ਮਾਰਕੀਟ, ਫਿਰ ਉਧਰ ਸੇ ਆਏ ਤਾਂ ਲੜਾਈ ਹੋ ਗਿਆ ਥਾ, ਹਮਾਰੇ ਆਨੇ ਕੇ ਬਾਅਦ ਕੁਛ ਨਹੀਂ ਹੁਆ। ਫਿਰ ਹਮੇ ਸੁਬਹ ਸੇ ਗਾਲੀਆਂ ਦੇ ਰਹੇ ਸਭ ਮਿਲ ਕੇ। ਫਿਰ ਬੈਠ ਕੇ ਥੋੜਾ ਉਸੀ ਕੇ ਸਾਥ ਮਸਤੀ ਉਸਤੀ ਕਰਤੇ, ਫਿਰ ਉਸੀ ਲਈ ਹਮੇ ਗਾਲੀ ਦੇ ਰਹੇ ਹੋ। ਹਮੇ ਤਾਂ ਪਹਿਲੇ ਕੁਛ ਨਹੀਂ ਕੀ, ਅਭੀ ਗਾਲੀ ਦੇ ਰਹੀ ਹੈ, ਆਜ ਸੇ ਸ਼ੁਰੂ ਕੀ ਹੈ ਸੁਬਹ ਸੇ, ਪਹਿਲੇ ਸੇ ਹਮਾਰੀ ਸੇ ਤਾਂ ਕੁਛ ਨਹੀਂ ਥਾ।